ਸਤਿ ਸ਼੍ਰੀ ਅਕਾਲ ਜੀ। ਸਿਤਾਰੇ ਕੀ ਕਹਿੰਦੇ ਆ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ, ਮੈਂ ਆਪ ਸਭ ਨਾਲ ਜੱਸੀ ਮਾਨ। ਦੁਨੀਆ ਨੇ ਹਰ ਕਿਸੇ ਨੂੰ ਦੁਨੀਆ ਵਿੱਚ ਪਰਮਾਤਮਾ ਨੇ ਹਰ ਤਰ੍ਹਾਂ ਦੇ ਅਲੱਗ ਅਲੱਗ ਰੰਗ ਦਿੱਤੇ ਆ। ਸਮਝਣ ਦੀ ਜ਼ਰੂਰਤ ਹੈ ਕਿ ਸਾਡੇ ਕਰਮਾਂ ਵਿੱਚ ਅਤੇ ਸਾਡੀ ਕਿਸਮਤ ਵਿੱਚ ਕਿਹੜਾ ਰੰਗ ਆਇਆ ਹੈ ਨਾ, ਅਤੇ ਰੰਗਾਂ ਦਾ ਪ੍ਰਭਾਵ, ਤਰੰਗਾਂ ਦਾ ਪ੍ਰਭਾਵ, ਇਸ ਕੁਦਰਤ ਦਾ ਪ੍ਰਭਾਵ ਸਾਡੇ 'ਤੇ ਪੈਂਦਾ, ਕਿਉਂਕਿ ਅਸੀਂ ਇਸ ਕੁਦਰਤੀ ਤੌਰ 'ਤੇ ਇਸ ਧਰਤੀ 'ਤੇ ਰਹਿ ਕੇ ਹੀ ਆਪਣੇ ਜੀਵਨ ਨੂੰ ਬਤੀਤ ਕਰਦੇ ਹਾਂ। ਇਹ ਨਹੀਂ ਕਿ ਸਮੱਸਿਆਵਾਂ ਖਤਮ ਨਹੀਂ ਹੁੰਦੀਆਂ, ਇਹ ਨਹੀਂ ਕਿ ਸਮੱਸਿਆਵਾਂ ਨੂੰ ਅਸੀਂ ਖਤਮ ਕਰ ਨਹੀਂ ਸਕਦੇ, ਪਰ ਦਿਨ ਅਤੇ ਰਾਤ ਸਾਡੀ ਜ਼ਿੰਦਗੀ ਵਿੱਚ ਇਸ ਸਮੱਸਿਆ ਨੂੰ ਉਲਝਾਉਣ ਲਈ, ਅਗਰ ਖਤਮ ਹੀ ਹੋ ਜਾਂਦੀਆਂ ਤਾਂ ਦੱਸੋ ਜ਼ਿੰਦਗੀ ਵਿੱਚ ਰਹਿ ਕੀ ਜਾਏਗਾ। ਤਾਂ ਚਲੋ, ਗ੍ਰਹਿਆਂ ਦਾ ਕੰਮ ਹੈ ਆਪਣੇ ਕੰਮ ਕਰਨਾ, ਸਾਡਾ ਕੰਮ ਹੈ ਇਸ ਧਰਤੀ 'ਤੇ ਰਹਿ ਕੇ ਉਹਨਾਂ ਦੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਸੌਖੇ ਤਰੀਕੇ ਨਾਲ ਚਲਾਉਣਾ। ਜਾਣਾਂਗੇ ਆਪਾਂ ਇਸ ਹਫ਼ਤੇ ਦੇ ਪੰਚਾਂਗ ਬਾਰੇ, ਯਾਨੀ ਸਿਤਾਰਿਆਂ ਦੀ ਚਾਲ ਵਾਲੇ, ਜੋ ਇਹਨਾਂ ਦੀ ਚਾਲ ਚੱਲਦੀ ਹੈ ਉਸ ਬਾਰੇ ਜਾਣਾਂਗੇ, ਅਤੇ ਨਾਲ ਹੀ ਕੀ ਕਹਿੰਦੇ ਆ ਤੁਹਾਡੇ ਸਿਤਾਰੇ ਇਸ ਬਾਰੇ ਤੁਸੀਂ ਜਾਣ ਸਕਦੇ ਹੋ। ਤੁਹਾਡੀ ਸਕਰੀਨ 'ਤੇ ਜੋ ਨੰਬਰ ਆ ਰਿਹਾ, ਤੁਸੀਂ ਫੋਨ ਕਰਕੇ ਸਾਨੂੰ ਪੁੱਛ ਸਕਦੇ ਹੋ ਕਿੱਦਾਂ ਕੀ ਕਰਨਾ ਅਤੇ ਕਿੰਨਾਂ ਚੀਜ਼ਾਂ ਤੋਂ ਅਸੀਂ ਪਰਹੇਜ਼ ਕਰਕੇ ਨੁਕਸਾਨ ਤੋਂ ਬਚ ਸਕਦੇ ਹਾਂ। ਪੰਚਾਂਗ ਜਾਣਦੇ ਹਾਂ, ਯਾਨੀ ਸਿਤਾਰਿਆਂ ਦੀ ਸਥਿਤੀ ਜਾਣਦੇ ਹਾਂ। ਅੱਜ 18/8/2024 ਦਿਨ ਹੈ, ਐਤਵਾਰ ਦਾ। ਤਿਥੀ ਦੀ ਗੱਲ ਕੀਤੀ ਜਾਵੇ ਤਾਂ ਚਤੁਰਥੀ ਤਿਥੀ ਹੈ ਸ਼ੁਕਲ ਪੱਖ ਦੀ, ਯਾਨੀ ਚਾਨਣ ਪੱਖ ਦੀ ਚਤੁਰਥੀ ਤਿਥੀ ਰਹੇਗੀ। ਕੱਲ੍ਹ ਪੂਰਨਮਾਸ਼ੀ ਦਾ ਦਿਨ ਰਹੇਗਾ, ਸੋਮਵਾਰ ਵਾਲੇ ਦਿਨ ਰੱਖੜ ਪੁੰਨਿਆ ਰਹੇਗੀ ਪੂਰਨਮਾਸ਼ੀ 'ਤੇ। ਤਕਰੀਬਨ ਦੇਖਿਆ ਜਾਵੇ ਤਾਂ ਅੱਜ ਤੋਂ ਹੀ ਭਦਰਾ ਸ਼ੁਰੂ ਹੋ ਜਾਵੇਗੀ 27:08 'ਤੇ, ਜੋ ਕੱਲ੍ਹ ਦੁਪਹਿਰ ਨੂੰ 1:31 ਤੱਕ ਚੱਲੇਗੀ। ਤਾਂ ਭਦਰਾ ਦੇ ਟਾਈਮ 'ਤੇ ਰੱਖੜੀ ਬੰਨਣਾ ਜ਼ਿਆਦਾ ਸ਼ੁਭ ਨਹੀਂ ਮੰਨਿਆ ਜਾਂਦਾ, ਤਾਂ ਸ਼ੁਭ ਟਾਈਮ ਕੱਲ੍ਹ ਨੂੰ 1:30 ਤੋਂ ਲੈ ਕੇ ਤਕਰੀਬਨ ਸ਼ਾਮੀ 7 ਤੱਕ ਰਹੇਗਾ। ਭਾਵੇਂ ਪੰਚਕ ਆਰੰਭ ਹੋ ਜਾਏਗੀ ਕੱਲ੍ਹ ਨੂੰ, ਪੰਚਕ ਪੂਰਨਮਾਸ਼ੀ 'ਤੇ ਦੁਪਹਿਰ ਤੋਂ ਹੀ ਆਰੰਭ ਹੋ ਜਾਏਗੀ, ਜੋ ਕਿ 5 ਤੱਕ ਚੱਲੇਗੀ। ਸ਼ੁੱਕਰਵਾਰ 7:54 ਤੱਕ ਚੱਲੇਗੀ, 23 ਅਗਸਤ ਨੂੰ ਸ਼ੁੱਕਰਵਾਰ ਨੂੰ ਜੋ ਭਦਰਾ ਉਹ ਖਤਮ ਹੋਏਗੀ। ਜੋ ਇਹ 5 ਪੰਚਕ ਚੱਲਣ ਵਾਲੀ ਹੈ, ਇਸਦੀ ਜੋ ਕੋਈ ਜ਼ਿਆਦਾ ਵਹਿਮ ਨਹੀਂ ਹੈ, ਇਹ ਹੈ ਕਿ ਤਕਰੀਬਨ ਜਿਸ ਟਾਈਮ 'ਤੇ 1:30 ਤੋਂ ਭਦਰਾ ਦਾ ਵਹਿਮ ਹੈ, 1:30 ਤੋਂ 7 ਤੱਕ ਕੱਲ੍ਹ ਰੱਖੜੀ ਬੰਨੀ ਜਾ ਸਕਦੀ ਹੈ, ਸ਼ੁੱਭ ਟਾਈਮ ਹੈ। ਪੂਰਨਮਾਸ਼ੀ 'ਤੇ ਧਾਰਮਿਕ ਸਥਾਨ 'ਤੇ ਇਸ਼ਨਾਨ ਕਰਨਾ ਤਾਂ ਚਲੋ ਸ਼ੁੱਭ ਹੁੰਦਾ ਹੀ ਹੈ, ਸ਼ੁੱਭ ਟਾਈਮ 'ਤੇ ਕੀਤੀ ਜਾਵੇ ਕੋਈ ਵੀ ਕੰਮ ਹਮੇਸ਼ਾ ਜ਼ਿਆਦਾ ਸ਼ੁੱਭਤਾ ਦਿੰਦਾ। 24 ਅਗਸਤ ਸ਼ਨੀਵਾਰ ਨੂੰ ਸ਼ੁੱਕਰ ਰਾਸ਼ੀ ਪਰਿਵਰਤਨ ਕਰਨਗੇ, ਕੰਨਿਆ ਰਾਸ਼ੀ ਵਿੱਚ ਚਲੇ ਜਾਣਗੇ। ਭਾਵੇਂ ਕੰਨਿਆ ਰਾਸ਼ੀ ਵਿੱਚ ਨੀਚ ਦੇ ਮੰਨੇ ਜਾਂਦੇ ਆ, ਪਰ ਮਿੱਤਰ ਦੇ ਘਰ ਵਿੱਚ ਜਾ ਕੇ ਕਾਫ਼ੀ ਜ਼ਿਆਦਾ ਰਾਸ਼ੀਆਂ 'ਤੇ ਪ੍ਰਭਾਵ ਪਾਉਣਗੇ। ਗੱਲ ਕਰੀਏ ਚੰਦਰਮਾ ਦੀ ਤਾਂ ਚੰਦਰ ਮਹਾਰਾਜ ਜੋ ਸਾਡੇ ਮਨ ਦੇ ਕਾਰਕ ਨੇ, ਇਹ ਤਕਰੀਬਨ ਮਕਰ ਰਾਸ਼ੀ 'ਚ ਚੱਲ ਰਹੇ ਨੇ, ਕੁੰਭ ਅਤੇ ਮੀਨ ਰਾਸ਼ੀ, ਯਾਨੀ 3 ਰਾਸ਼ੀਆਂ ਵਿੱਚ ਇਸ ਹਫ਼ਤੇ ਚੱਲਣਗੇ। ਕੀ ਪ੍ਰਭਾਵ ਪਵੇਗਾ ਇਸ ਬਾਰੇ ਆਪਾਂ ਜਾਣਦੇ ਹਾਂ। ਸ਼ੁਰੂਆਤ ਕਰਾਂਗੇ ਐਰਿਜ਼ ਯਾਨੀ ਮੇਸ਼ ਰਾਸ਼ੀ ਵਾਲਿਆਂ ਦੇ ਸਿਤਾਰਿਆਂ ਤੋਂ। ਕੀ ਕਹਿੰਦੇ ਆ ਤੁਹਾਡੇ ਸਿਤਾਰੇ? ਸਿਤਾਰੇ ਮੰਗਲ ਬ੍ਰਹਿਸਪਤ ਦੀ ਜੁੱਤੀ ਕਰਕੇ ਤਕਰੀਬਨ ਕਾਮਯਾਬੀ ਵਾਲੇ ਹੀ ਰਹਿਣਗੇ, ਹਿੰਮਤ ਵਾਲੇ ਵੀ ਬਣੇ ਰਹਿਣਗੇ। ਭੈਣ ਭਾਈ ਦਾ ਪੂਰਾ ਸਾਥ ਤੁਹਾਨੂੰ ਖੁਸ਼ੀ ਹੀ ਦੇਵੇਗਾ, ਯਾਨੀ ਕਿ ਕਹਿ ਸਕਦੇ ਹਾਂ ਆਪਾਂ ਕਿ ਪਰੇਸ਼ਾਨੀਆਂ ਦੂਰ ਕਰਨ ਵਾਲੇ ਆ, ਰਿਸ਼ਤੇਦਾਰੀਆਂ ਵਿੱਚ ਪਿਆਰ ਵਧਣ ਵਾਲਾ। ਖਰਚੇ ਥੋੜ੍ਹੇ ਘੱਟ ਕਰੋ, ਚੰਗਾ ਰਹੇਗਾ। ਤਾਂਬੇ ਦੇ ਗਲਾਸ 'ਚ ਪਾਣੀ ਪੀਣਾ ਤਾਂ ਕਿ ਸੂਰਜ ਦੀ ਐਨਰਜੀ ਜੋ ਚੇਂਜ ਹੋਈ ਹੈ ਉਹ ਵੀ ਸ਼ੁੱਭ ਫਲ ਦੇ ਸਕੇ। ਸ਼ੁੱਭ ਰੰਗ ਗੋਲਡਨ ਰਹੇਗਾ ਅਤੇ ਸ਼ੁੱਭ ਨੰਬਰ ਰਹੇਗਾ 5। ਅਗਲੀ ਰਾਸ਼ੀ ਟੌਰਸ ਯਾਨੀ ਬ੍ਰਿਖ ਰਾਸ਼ੀ ਵਾਲੀ। ਕੋਈ ਵੀ ਜ਼ਿੰਮੇਵਾਰੀ, ਕੋਈ ਵੀ ਨਵੀਂ ਜ਼ਿੰਮੇਵਾਰੀ ਮਿਲ ਸਕਦੀ ਹੈ ਤੁਹਾਨੂੰ ਇਸ ਹਫ਼ਤੇ, ਕਿਉਂਕਿ ਸ਼ੁੱਕਰ ਰਾਸ਼ੀ ਪਰਿਵਰਤਨ ਕਰ ਰਿਹਾ ਸੂਰਜ ਨਾਲੋਂ ਨਿਕਲ ਕੇ। ਸੂਰਜ ਦੇ ਘਰ 'ਚ ਸੀ, ਮਿੱਤਰ ਨਹੀਂ ਹੈ ਸੂਰਜ ਸ਼ੁੱਕਰ ਦਾ, ਸਿੰਘ ਰਾਸ਼ੀ 'ਚੋਂ ਨਿਕਲ ਕੇ ਕੰਨਿਆ ਰਾਸ਼ੀ ਵਿੱਚ ਜਾਏਗਾ। ਵਿਦੇਸ਼ ਯਾਤਰਾ ਹੋਣ ਲਈ ਵੀ ਸਿਤਾਰੇ ਤੁਹਾਡੇ ਸ਼ੁੱਭ ਨੇ। ਥੋੜ੍ਹਾ ਉਤਾਵਲਾਪਨ ਅਤੇ ਬੇਚੈਨੀ ਬਣੀ ਰਹੇਗੀ।
ਇਤਰ ਦੀ ਸ਼ੀਸ਼ੀ ਕੋਲ ਰੱਖੋ ਆਪਣੇ। ਸਕਿਨ ਸਮੱਸਿਆ ਲਈ ਦਹੀਂ ਧਾਰਮਿਕ ਸਥਾਨ ਤੇ ਰੱਖ ਦੇਵੋ। ਸ਼ੁਭ ਰੰਗ ਨੀਲਾ ਤੇ ਲੱਕੀ ਨੰਬਰ ਰਹੇਗਾ 7। ਇੱਕ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਹਾਂਜੀ, ਜਨਮ ਤਰੀਕ ਟਾਈਮ ਦੱਸ ਦਿਓ। ਹੈਲੋ ਹੈਲੋ, ਹਾਂਜੀ ਹਾਂਜੀ, 8/9/1997। ਜਨਮ ਤਰੀਕ ਟਾਈਮ ਦੱਸੋ ਜੀ, ਤੁਹਾਡੀ ਆਵਾਜ਼ ਆ ਰਹੀ ਹੈ। ਹੈਲੋ, ਟਾਈਮ ਬੋਲੋ। ਟਾਈਮ ਹੈਗਾ ਗਾ 2:10। ਹਾਂਜੀ, ਟਾਈਮ ਦੱਸੋ ਜੀ। ਸਵੇਰ ਦੇ ਸਵੇਰੇ 2:10 ਜਦੋਂ ਤੁਹਾਡਾ ਫੋਨ ਲੱਗ ਜਾਂਦਾ ਤਾਂ ਤੁਸੀਂ ਫੋਨ ਤੇ ਹੀ ਗੱਲ ਕਰੋ, ਟੀਵੀ ਦੀ ਆਵਾਜ਼ ਥੋੜੀ ਘੱਟ ਕਰ ਦਿਓ, ਤੁਹਾਡੀ ਗੱਲ ਹੋ ਰਹੀ ਹੈ। ਹਾਂਜੀ, ਕੁਐਸਚਨ ਪੁੱਛ ਲਓ। ਹਾਂਜੀ, ਚਲੋ ਮੈਂ ਦੱਸਦੀ ਹਾਂ ਤੁਹਾਨੂੰ ਤੁਹਾਡੇ ਸਿਤਾਰਿਆਂ ਬਾਰੇ ਕਿਸ ਤਰ੍ਹਾਂ ਦੇ ਆ। ਕਰਕ ਲਗਨ ਹੈ, ਕਰਕ ਲਗਨ ਹੈ ਤੁਹਾਡਾ। ਔਰ ਕੀ ਕਰਨਾ, ਇੱਕ ਤਾਂ ਚਾਂਦੀ ਦੀ 4 ਗ੍ਰਾਮ ਦੀ ਗੋਲੀ ਗਲ ਚ ਪਾਓ, ਬਦਾਮ ਤੇ ਨਾਰੀਅਲ ਲਗਾਤਾਰ 5 ਸ਼ਨੀਵਾਰ ਮੰਦਰ ਰੱਖੋ, ਤੇ ਇੱਕ ਤੁਸੀਂ ਬਹੁਤ ਜ਼ਰੂਰੀ ਉਪਾਅ ਕਰਨਾ, ਸ਼ੁੱਕਰ ਚੰਦਰ ਦੀ ਜੁੱਤੀ ਹੈ, 4 ਪੱਥਰ ਦੀਆਂ ਛੋਟੀਆਂ ਛੋਟੀਆਂ ਗਾਵਾਂ ਲੈ ਕੇ ਮੰਦਰ ਰੱਖੋ, ਬਹੁਤ ਅੱਛਾ ਸ਼ੁਭ ਫਲ ਮਿਲਣਾ ਸ਼ੁਰੂ ਹੋ ਜਾਏਗਾ। ਕਿਸੇ ਤਰ੍ਹਾਂ ਦੀ ਸਮੱਸਿਆ ਉਸਦਾ ਹੱਲ ਆਪਣੇ ਆਪ ਸਿਤਾਰੇ ਸਹੀ ਕਰਨ ਨਾਲ ਮਿਲੇਗਾ। ਕਾਲਾ ਨੀਲਾ ਰੰਗ ਪਾਉਣਾ ਤਕਰੀਬਨ ਬੰਦ ਹੀ ਕਰੋ ਤਾਂ ਚੰਗਾ, ਲਾਲ ਕੱਪੜਾ ਕੋਲ ਰੱਖੋ। ਇੱਕ ਹੋਰ ਕਾਲਰ ਜੁੜੇ ਨੇ, ਹਾਂਜੀ, ਜਨਮ ਤਰੀਕ ਟਾਈਮ ਦੱਸ ਦਿਓ। ਮੈਡਮ, 8 ਸਤੰਬਰ 1998। ਸੱਤ ਇਕੱਤੀ, ਠੀਕ ਹੈ, ਕੁਐਸਚਨ ਪੁੱਛ ਲਓ। ਹਾਂਜੀ, ਚਲੋ ਸੁਣੋ, ਮੀਨ ਲਗਨ ਹੈ ਤੁਹਾਡਾ ਤੇ ਇਸ ਸਿਤਾਰਿਆਂ ਦੇ ਹਿਸਾਬ ਦੇ ਨਾਲ ਕੰਮ ਤੁਹਾਡੇ ਕਾਫੀ ਡਿਲੇ ਹੋ ਜਾਂਦੇ ਆ, ਜਿਸ ਕਰਕੇ ਥੋੜੀ ਪਰੇਸ਼ਾਨੀ ਰਹਿੰਦੀ ਹੈ ਤੁਹਾਨੂੰ। ਵੈਸੇ ਸੱਚਾਈ ਪਸੰਦ ਹੋ ਤਾਂ ਕੀ ਕਰਨਾ ਇਹਦੇ ਲਈ, ਇੱਕ ਤਾਂ ਗੁੜ ਖਾਣਾ ਬੰਦ ਕਰੋ ਤੇ ਦੂਸਰਾ ਮੱਥੇ ਤੇ ਸਵੇਰੇ ਉੱਠ ਕੇ ਦੁੱਧ ਲਾਣਾ ਸ਼ੁਰੂ ਕਰ ਦਿਓ। ਕੋਸ਼ਿਸ਼ ਕਰਨੀ ਹੈ 43 ਦਿਨ ਲਗਾਤਾਰ ਕੀੜਿਆਂ ਨੂੰ ਸ਼ੱਕਰ ਆਟਾ ਪਾਉਣਾ ਸ਼ੁਰੂ ਕਰੋ। ਇਸ ਦੇ ਨਾਲ ਜੋ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੈ, ਚਾਹੇ ਸਰੀਰਕ ਤੌਰ 'ਤੇ, ਚਾਹੇ ਕੰਮ ਕਾਰ ਦੀ ਹੈ, ਚਾਹੇ ਕੰਮਾਂ ਕਾਰਾਂ ਵਿੱਚ ਹੋ ਰਹੀ ਦੇਰੀ ਦੀ ਹੈ, ਤਾਂ ਇਸ ਨਾਲ ਸ਼ਨੀ ਚੰਦਰ ਸ਼ੁਭ ਹੋਣਾ ਸ਼ੁਰੂ ਹੋ ਜਾਏਗਾ ਤੇ ਰਸਤੇ ਤੁਹਾਨੂੰ ਮਿਲਣੇ ਸ਼ੁਰੂ ਹੋ ਜਾਣਗੇ। ਆਪਾਂ ਲੈਂਦੇ ਹਾਂ ਅਗਲੀ ਰਾਸ਼ੀ, ਗੱਲ ਕਰਾਂਗੇ ਜੈਮਿਨੀ ਯਾਨੀ ਮਿਥੁਨ ਰਾਸ਼ੀ ਦੀ। ਘਰੇਲੂ ਸਮੱਸਿਆ ਥੋੜੀ ਰਹਿ ਸਕਦੀ ਹੈ ਤੁਹਾਨੂੰ, ਕਿਉਂਕਿ ਬੁੱਧ ਜੋ ਹੈ ਉਹ ਸੂਰਜ ਦੇ ਨਾਲ ਤਾਂ ਬਿਰਾਜਮਾਨ ਹੈ, ਪਰ ਚੰਦਰ ਜੋ ਹੈ ਰਾਹੂ ਤੇ ਸ਼ਨੀ ਨਾਲ ਜੁੱਤੀ ਬਣਾ ਕੇ ਚੱਲੇਗਾ ਇਸ ਹਫ਼ਤੇ। ਹਿੰਮਤ ਤੇ ਕੰਮਕਾਰ ਸਰਕਲ ਸਭ ਦਾ ਠੀਕ ਸਾਥ ਰਹਿਣ ਵਾਲਾ ਹੈ, ਪਰ ਪਰਿਵਾਰਿਕ ਤੌਰ ਤੇ ਸ਼ਾਂਤੀ ਰਵੇ ਇਸ ਦੇ ਲਈ ਵਾਣੀ 'ਚ ਮਿਠਾਸ ਯਾਨੀ ਸ਼ਬਦਾਂ ਤੇ ਕੰਟਰੋਲ ਰੱਖਣ ਤੇ ਹੀ ਸਿਤਾਰਿਆਂ ਦੀ ਸ਼ੁਭਤਾ ਦਾ ਸ਼ੁਭ ਫਲ ਅਸੀਂ ਲੈ ਸਕਦੇ ਹਾਂ, ਠੀਕ ਹੈ। ਸੇਬ ਕੇਲੇ ਬੱਚਿਆਂ ਨੂੰ ਦੇਣ ਤੇ ਬੁੱਧ ਸ਼ੁਭ ਫਲ ਦੇ ਜਾਂਦਾ ਹੈ, ਤਾਂ ਇਹ ਕਰਦੇ ਰਿਹਾ ਕਰੋ ਕਦੇ ਕਦੇ ਉਪਾਅ। ਸ਼ੁਭ ਰੰਗ ਜਾਮਣੀ ਤੇ ਸ਼ੁਭ ਨੰਬਰ ਰਹੇਗਾ ਜੀ 2 ਨੰਬਰ। ਅਗਲੀ ਰਾਸ਼ੀ ਕੈਂਸਰ ਯਾਨੀ ਕਰਕ ਰਾਸ਼ੀ ਵਾਲੇ, ਘਰ ਮਕਾਨ ਪ੍ਰਾਪਰਟੀ ਲਈ ਜੋ ਮੰਗਲ ਦਾ ਸ਼ੁਭ ਫਲ ਹੈ, ਜੋ ਬ੍ਰਹਿਸਪਤ ਤੇ ਮੰਗਲ ਦੀ ਜੁੱਤੀ ਚੱਲਦੀ ਪਈ ਹੈ, ਉਹ ਤੁਹਾਨੂੰ ਜੋ ਹੈ ਬਹੁਤ ਹੀ ਵਧੀਆ ਫਲ ਦੇਵੇਗੀ, ਸ਼ੁਭ ਫਲ ਦੇਵੇਗੀ। ਪਰ ਜ਼ਰੂਰੀ ਹੈ ਕਿ ਇਸ ਦੇ ਲਈ ਸ਼ਹਿਦ ਤੇ ਸੌਂਫ ਤੁਸੀਂ ਮੰਦਰ ਰੱਖੋ, ਜਿਸ ਨਾਲ ਮੰਗਲ ਦਾ ਸਾਥ ਪੂਰਨ ਤੌਰ ਤੇ ਚੰਦਰ ਨਾਲ ਮਿਲੇ, ਕਿਉਂਕਿ ਚੰਦਰ ਰਾਹੂ ਦੀ ਜੁੱਤੀ ਜਿੱਦਾਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ, ਸ਼ਨੀ ਰਾਹੂ ਦੀ ਜੁੱਤੀ ਇਸ ਹਫ਼ਤੇ ਬਣਨ ਵਾਲੀ ਹੈ, ਜੋ ਕਾਫੀ ਮਾਨਸਿਕ ਪਰੇਸ਼ਾਨੀਆਂ ਤੁਹਾਡੇ ਲਗਨ ਤੁਹਾਡੀ ਰਾਸ਼ੀ ਨੂੰ ਦੇ ਸਕਦੀ ਹੈ, ਕਿਉਂਕਿ ਚੰਦਰ ਤੁਹਾਡੇ ਲਗਨ ਦਾ ਮਾਲਕ ਹੈ। ਵਿਆਹ ਸ਼ਾਦੀ ਲਈ ਇਹ ਹਫ਼ਤਾ ਠੀਕ ਹੈ, ਰਿਸ਼ਤਾ ਕਿਤੇ ਹੋ ਸਕਦਾ ਹੈ। ਸ਼ੁਭ ਰੰਗ ਗੁਲਾਬੀ ਪਿੰਕ ਕਲਰ ਰਹੇਗਾ ਤੁਹਾਡਾ ਸ਼ੁਭ ਰੰਗ, ਤੇ ਸ਼ੁਭ ਨੰਬਰ ਰਹੇਗਾ 18 ਨੰਬਰ। ਅਗਲੀ ਰਾਸ਼ੀ ਲੀਓ ਯਾਨੀ ਸਿੰਘ ਰਾਸ਼ੀ ਵਾਲੇ,
ਸਿਤਾਰੇ ਸਿੰਘ ਰਾਸ਼ੀ ਵਾਲਿਆਂ ਦੇ ਸੂਰਜ ਦੀ ਸਥਿਤੀ ਕਰਕੇ ਯੋਜਨਾਵਾਂ ਵਿੱਚ ਸਫਲਤਾ ਮਿਲੇਗੀ। ਜੋ ਸੂਰਜ ਰਾਸ਼ੀ ਪਰਿਵਰਤਨ ਕਰਕੇ ਆਪਣੇ ਘਰ 'ਚ ਆਇਆ, ਬੜਾ ਸ਼ੁਭ ਫਲ ਦੇਣ ਵਾਲਾ ਹੈ। ਸਿੰਘ ਰਾਸ਼ੀ ਜਾਣੀ ਸੂਰਜ ਹੀ ਇਸਦਾ ਮਾਲਕ ਹੈ। ਹਫ਼ਤਾ ਸਰਕਾਰੀ ਨੌਕਰੀ ਰਾਜਨੀਤੀ ਵਿੱਚ ਨਾਮ ਲਈ ਸਿਤਾਰੇ ਸ਼ੁਭ ਹੀ ਰਹਿਣਗੇ। ਪਿਤਾ ਨਾਲ ਕੀਤੀ ਸਲਾਹ ਵਾਧੂ ਫਾਇਦਾ ਦੇ ਸਕਦੀ ਹੈ, ਕਿਉਂਕਿ ਸੂਰਜ ਪਿਤਾ ਦਾ ਕਾਰਕ ਮੰਨਿਆ ਜਾਂਦਾ ਹੈ। ਸ਼ੁਭ ਰੰਗ ਤੁਹਾਡਾ ਰਹੇਗਾ ਜੀ ਕੋਪਰ ਕਲਰ, ਅਤੇ ਸ਼ੁਭ ਨੰਬਰ ਰਹੇਗਾ 1 ਨੰਬਰ। ਗੱਲ ਕਰੀਏ ਆਪਾਂ ਵਰਗੋ ਜਾਣੀ ਕੰਨਿਆ ਰਾਸ਼ੀ ਵਾਲਿਆਂ ਦੀ, ਤਾਂ ਖਰਚਿਆਂ ਕਰਕੇ ਆਰਥਿਕ ਸਥਿਤੀ ਕਮਜ਼ੋਰ ਹੋ ਸਕਦੀ ਹੈ। ਥੋੜ੍ਹੇ ਖਰਚੇ ਵਧਣ ਵਾਲੇ ਆ ਤੁਹਾਡੇ ਇਸ ਹਫ਼ਤੇ। ਬਹਿਸਬਾਜ਼ੀ ਤੋਂ ਬਚਣਾ ਚਾਹੀਦਾ ਹੈ। ਜੀਵਨ ਸਾਥੀ ਦੀ ਸਿਹਤ ਦਾ ਵੀ ਧਿਆਨ ਰੱਖੋ, ਵਿਗੜ ਸਕਦੀ ਹੈ। ਚੰਦਰ ਸ਼ਨੀ ਦੀ ਯੁਤੀ ਕਰਕੇ ਬਣਦੇ ਕੰਮਾਂ ਵਿੱਚ ਰੁਕਾਵਟ ਪੈ ਰਹੀ ਹੋਵੇ ਤਾਂ ਸੂਰਜ ਨੂੰ ਸ਼ੁਭ ਕਰਨ ਲਈ, ਜੋ ਕਿ ਤਕਰੀਬਨ ਸੰਗਰਾਂਦ ਤੱਕ ਤੁਹਾਡੇ ਲਗਨ ਤੁਹਾਡੀ ਰਾਸ਼ੀ ਤੋਂ 12ਵੇਂ ਸਥਾਨ ਵਿੱਚ ਚੱਲੇਗਾ, ਬਾਂਦਰਾਂ ਨੂੰ ਕੁਝ ਨਾ ਕੁਝ ਖਾਣ ਨੂੰ ਪਾਉਂਦੇ ਰਹੋ। ਸ਼ੁਭ ਰੰਗ ਫਿਰੋਜ਼ੀ, ਅਤੇ ਸ਼ੁਭ ਨੰਬਰ ਰਹੇਗਾ ਜੀ 4 ਨੰਬਰ। ਅਗਲੀ ਰਾਸ਼ੀ ਲਿਬਰਾ ਜਾਣੀ ਤੁਲਾ ਰਾਸ਼ੀ ਵਾਲੇ। ਸਰਕਾਰੀ ਨੌਕਰੀ ਲਈ ਤਿਆਰੀ ਕਰਨ ਵਾਲਿਆਂ ਦੇ ਸਿਤਾਰੇ ਜੋ ਨੇ ਪੂਰਾ ਸਾਥ ਦੇਣਗੇ। ਅੱਛੇ ਤੇ ਪ੍ਰਤਿਸ਼ਠਾਵਾਨ ਲੋਕਾਂ ਦੀ ਸੰਗਤ ਨਾਲ ਰੁਕੇ ਹੋਏ ਕੰਮ ਵੀ ਬਣਦੇ ਹੋਏ ਨਜ਼ਰ ਆਉਣਗੇ, ਮਤਲਬ ਕੰਮ ਹੋ ਜਾਣਗੇ। ਤਾਂਬਾ ਜਾਂ ਪਿੱਤਲ ਦੇ ਗਰਾਸ ਵਿੱਚ ਪਾਣੀ ਪੀਣਾ ਵਰਤੋਂ ਕਰੋ, ਕਿਉਂਕਿ ਸੂਰਜ ਸ਼ੁੱਕਰ ਨਾਲ ਚੱਲ ਰਿਹਾ ਅਤੇ ਸ਼ੁੱਕਰ ਜੋ ਤੁਹਾਡੇ ਲਗਨ ਤੁਹਾਡੀ ਰਾਸ਼ੀ ਦਾ ਮਾਲਕ ਹੈ। ਹਰੀ ਮੂੰਗੀ ਲੰਗਰ ਵਿੱਚ ਦੇਣ 'ਤੇ ਬੁੱਧ ਸ਼ੁਭ ਫਲ ਦੇਵੇਗਾ, ਜੋ ਕਿ ਧਨ ਸਥਾਨ ਵਿੱਚ ਆ ਰਿਹਾ ਹੈ। ਸ਼ੁਭ ਰੰਗ ਅਸਮਾਨੀ, ਅਤੇ ਜੋ ਸ਼ੁਭ ਨੰਬਰ ਰਹੇਗਾ 7 ਨੰਬਰ। ਸਕੋਰਪੀਓ ਜਾਣੀ ਵ੍ਰਿਸ਼ਚਿਕ ਰਾਸ਼ੀ ਵਾਲੇ। ਹਰ ਕੰਮ ਵਿੱਚ ਮਿਹਨਤ ਜ਼ਿਆਦਾ ਕਰਨੀ ਪੈ ਸਕਦੀ ਆ। ਗੁੱਸੇ 'ਤੇ ਕੰਟਰੋਲ ਰੱਖਣ 'ਤੇ ਹੀ ਪਰਿਵਾਰਕ ਤੌਰ 'ਤੇ ਸ਼ਾਂਤੀ ਬਣ ਸਕਦੀ ਹੈ। ਪਿਤਾ ਦੀ ਸਿਹਤ ਠੀਕ ਹੁੰਦੀ ਜਾਵੇਗੀ। ਪੈਰੀਂ ਹੱਥ ਲਗਾਉਂਦੇ ਰਹੋ, ਵਧੀਆ ਫਲ ਲੈਣ ਦੇ ਰਵੀ ਲਈ ਬ੍ਰਹਿਸਪਤ ਦਾ ਸ਼ੁਭ ਫਲ ਤਾਂ ਹੀ ਮਿਲੇਗਾ। ਕਾਲਾ ਨੀਲਾ ਰੰਗ ਬਿਲਕੁਲ ਨਾ ਪਾਓ ਅਤੇ ਸ਼ੁਭ ਨੰਬਰ ਰਹੇਗਾ ਤੁਹਾਡਾ 12। ਹੋਰ ਕੋਈ ਵੀ ਕਲਰ ਪਹਿਨ ਸਕਦੇ ਹੋ, ਬਸ ਕਾਲੇ ਨੀਲੇ ਰੰਗ ਤੋਂ ਪਰਹੇਜ਼ ਰੱਖਣਾ, ਕਿਉਂਕਿ ਮੰਗਲ ਦੇ ਸ਼ਨੀ ਦੀ ਆਪਸ ਵਿੱਚ ਮਿੱਤਰਤਾ ਨਹੀਂ ਹੈ ਅਤੇ ਸ਼ਨੀ ਦੀ ਸੂਰਜ 'ਤੇ ਦ੍ਰਿਸ਼ਟੀ ਪੈ ਰਹੀ ਹੈ। ਠੀਕ, ਗ੍ਰਹਿਆਂ ਦੇ ਮੁਤਾਬਕ ਹਰ ਰਾਸ਼ੀ ਹਰ ਗ੍ਰਹਿ ਆਪਣਾ ਕੰਮ ਕਰਦਾ ਹੈ। ਇਸੇ ਤਰ੍ਹਾਂ ਧਨੂ ਰਾਸ਼ੀ ਦਾ ਮਾਲਕ ਜੋ ਬ੍ਰਹਿਸਪਤ ਹੈ ਅਤੇ ਬ੍ਰਹਿਸਪਤ ਮੰਗਲ ਨਾਲ ਚੱਲ ਰਿਹਾ, ਅਤੇ ਧਨੂ ਰਾਸ਼ੀ ਵਾਲਿਆਂ ਦਾ ਇਹ ਹਫ਼ਤਾ ਜੋ ਆਤਮਿਕ ਬਲ ਵਿੱਚ ਵਾਧਾ ਹੋਵੇਗਾ। ਧਨੂ ਰਾਸ਼ੀ ਦੇ ਲਈ ਆਤਮਿਕ ਬਲ 'ਚ ਵਾਧਾ ਹੋਣ ਵਾਲਾ ਹੈ। ਬਹੁਤ ਸਾਰੀਆਂ ਚਿੰਤਾਵਾਂ ਘਟਦੀਆਂ ਹੋਈਆਂ ਨਜ਼ਰ ਆਉਣਗੀਆਂ, ਭਾਵੇਂ ਕਿ ਚੰਦਰ ਜੋ ਹੈ ਧਨ ਸਥਾਨ 'ਚ ਚੱਲ ਰਿਹਾ ਹੈ ਮਕਰ ਰਾਸ਼ੀ ਵਿੱਚ। ਇਸ ਤੋਂ ਬਾਅਦ ਕੁੰਭ 'ਚ ਜਾਏਗਾ ਤਾਂ ਸਰਕਲ ਦਾ ਸਾਥ ਵੀ ਮਿਲੇਗਾ। ਕੋਈ ਨਵੇਂ ਕੰਮ ਦੀ ਔਫਰ ਤੁਹਾਨੂੰ ਮਿਲ ਸਕਦੀ ਹੈ, ਜੋ ਮਨ ਨੂੰ ਖੁਸ਼ੀ ਹੀ ਦੇਣ ਵਾਲੀ ਹੈ। ਰੁਕਿਆ ਪੈਸਾ ਜਾਂ ਲੋਨ ਵਗੈਰਾ ਤੁਸੀਂ ਕੋਈ ਲੈਣਾ ਹੈ ਤਾਂ ਉਹ ਵੀ ਸੂਰਜ ਦੀ ਸਥਿਤੀ ਕਰਕੇ ਮਿਲ ਜਾਏਗਾ। ਕਿਸਮਤ ਦਾ ਸਾਥ ਵੀ ਮਿਲੇਗਾ ਅਤੇ ਰਸਤੇ ਵੀ ਨਵੇਂ ਖੁੱਲ੍ਹਣਗੇ। ਸ਼ੁਭ ਰੰਗ ਤੁਹਾਡਾ ਗੋਲਡਨ, ਅਤੇ ਸ਼ੁਭ ਨੰਬਰ ਰਹੇਗਾ 2 ਨੰਬਰ। ਕੈਪਰੀਕੋਨ ਜਾਣੀ ਮਕਰ ਰਾਸ਼ੀ ਵਾਲੇ। ਸਿਹਤ ਲਈ ਸਿਤਾਰੇ ਢਿੱਲੇ, ਹਲਕੇ 'ਚ ਨਾ ਲਵੋ ਸਿਹਤ ਨੂੰ ਵੀ, ਆਪਣੀ ਮੈਡੀਸਨ ਵਗੈਰਾ ਸਮੇਂ ਸਿਰ ਲੈਂਦੇ ਹੀ ਰਹੋ। ਹਸਪਤਾਲ ਦੇ ਚੱਕਰ ਲੱਗ ਸਕਦੇ ਆ, ਵਜ੍ਹਾ ਕੋਈ ਵੀ ਹੋਵੇ। ਨਵੇਂ ਕੰਮ ਨੂੰ ਹੱਥ ਵਿੱਚ ਲੈਣ ਤੋਂ ਪਹਿਲਾਂ ਪੂਰੀ ਤਿਆਰੀ ਕਰ ਲੈਣਾ, ਐਕਸਪਰਟ ਬੰਦੇ ਦੀ ਸਲਾਹ ਲੈ ਲੈਣਾ ਸਫਲਤਾ ਦੇਵੇਗੀ। ਨਸ਼ੇ ਤੋਂ ਦੂਰੀ ਜ਼ਰੂਰ ਬਣਾ ਕੇ ਰੱਖਣੀ ਹੈ। ਦੇਸੀ ਖੰਡ ਥੋੜ੍ਹੀ ਜਿਹੀ ਲੈ ਕੇ ਕੀੜਿਆਂ ਦੇ ਭੌਣ 'ਤੇ ਪਾਓ। ਲਗਨ 'ਚ ਬੈਠਾ ਚੰਦਰ ਸ਼ੁਭ ਫਲ ਦੇਵੇਗਾ, ਜੋ ਇਸ ਟਾਈਮ 'ਤੇ ਚੱਲ ਰਿਹਾ ਅੱਜ ਵੀ। ਸ਼ੁਭ ਰੰਗ ਰਹੇਗਾ ਬ੍ਰਾਊਨ, ਅਤੇ ਸ਼ੁਭ ਨੰਬਰ ਰਹੇਗਾ ਜੀ 10 ਨੰਬਰ। ਅਕਿਊਰਸ ਯਾਨੀ ਕੁੰਭ ਰਾਸ਼ੀ ਵਾਲੇ। ਭਾਵੇਂ ਕਿ ਸ਼ਨੀ ਦੀ ਸੂਰਜ 'ਤੇ ਦ੍ਰਿਸ਼ਟੀ ਕਰਕੇ ਗੁੱਸਾ ਕੁਛ ਜ਼ਿਆਦਾ ਆਵੇਗਾ, ਪਰ ਪਰਿਵਾਰ ਸਾਥ, ਪਰਿਵਾਰਕ ਤੌਰ 'ਤੇ ਪਰਿਵਾਰ ਦਾ ਸਾਥ ਅਤੇ ਘਰ 'ਚ ਮਨ ਵੀ ਲੱਗੇਗਾ। ਜਿੱਦੀ ਨਾ ਬਣੋ, ਨਮਕ ਦਾ ਸੇਵਨ ਘੱਟ ਕਰੋ। ਕੋਈ ਸਰਕਾਰੀ ਚਿੱਠੀ ਨੋਟਿਸ ਮਿਲ ਸਕਦਾ ਹੈ,
ਸ਼ੁਭ ਰੰਗ ਕਰੀਮ ਤੇ ਸ਼ੁਭ ਨੰਬਰ ਰਹੇਗਾ 14। ਇੱਕ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲ ਕਰਦੇ ਆ। ਜੀ ਜਨਮ ਤਰੀਕ ਟਾਈਮ ਦੱਸ ਦਿਓ। ਹੈਲੋ, ਹਾਂਜੀ ਹਾਂਜੀ, 31 ਜਨਵਰੀ 2008। ਹਾਂਜੀ ਹਾਂਜੀ। ਟਾਈਮ ਬੋਲੋ। ਸਮਾਂ 7:10 ਜੀ। ਸਮਾਂ ਸਵੇਰੇ। ਇਹਦੇ ਫਿਊਚਰ ਬਾਰੇ ਅੱਗੇ ਪੁੱਛਣਾ ਸੀ, ਇਹਦੀ ਪੜ੍ਹਾਈ ਬਾਰੇ, ਕੈਰੀਅਰ ਬਾਰੇ। ਮੈਡਮ ਠੀਕ ਹੈ, ਚਲੋ ਬੱਚਾ ਛੋਟਾ ਹੀ ਹੈ, ਬਹੁਤ ਅੱਛੇ ਸਟਾਰ ਨੇ, ਥੋੜਾ ਭਾਸ਼ਾ ਤੇ ਕੰਟਰੋਲ ਰੱਖੇਗਾ ਤਾਂ ਕਾਫੀ ਜ਼ਿਆਦਾ ਸਕਸੈਸ ਪਾਵੇਗਾ। ਉਸਦੇ ਲਈ ਤੁਸੀਂ ਇੱਕ ਚਾਂਦੀ ਦੀ ਗੋਲੀ ਰੱਖੋ, ਪਾਣੀ 'ਚ ਦੁੱਧ ਪਾ ਕੇ ਹਮੇਸ਼ਾ ਇਸ ਨੂੰ ਸਨਾਨ ਕਰਾਇਆ ਕਰੋ। ਲਾਲ ਪੀਲੀ ਚੱਪਲ ਨਾ ਪਾਉਣ ਦੋਗੇ, ਸਿਤਾਰੇ ਅੱਛੇ ਆ, ਕਿਸਮਤ ਅੱਛੀ ਹੈ, ਹਰ ਕਿਸੇ ਨੂੰ ਆਪਣੀ ਕਿਸਮਤ ਆਪਣੇ ਅਨੁਸਾਰ ਬਣਾਉਣੀ ਪੈਂਦੀ ਹੈ, ਬਸ ਸਿਤਾਰਿਆਂ ਨੂੰ ਸਮਝ ਕੇ ਉਸ ਮੁਤਾਬਕ ਬੱਚੇ ਨੂੰ ਚਲਾਉਣਾ ਸ਼ੁਰੂ ਕਰ ਦਿਓ, ਬਹੁਤ ਅੱਛਾ ਫਲ ਮਿਲੇਗਾ। ਕੀ ਕਰਨਾ, ਇੱਕ ਤਾਂ ਇਸ ਨੂੰ ਗੁੜ ਖਾਣ ਬਿਲਕੁਲ ਨਹੀਂ ਦੇਣਾ, ਰਸੋਈ 'ਚ ਬੈਠ ਕੇ ਖਾਣਾ ਅਤੇ ਪਿਤਾ ਦੇ ਪੈਰੀਂ ਹੱਥ ਲਗਾਉਣੇ। ਇਸ ਦੀ ਜ਼ਿੰਦਗੀ ਦਾ ਸਕਸੈਸ ਦੇ ਲਈ ਇੱਕ ਨਵਾਂ ਰਸਤਾ ਬਣਨਾ ਸ਼ੁਰੂ ਹੋ ਜਾਏਗਾ, ਰੁਕਾਵਟਾਂ ਆਪਣੇ ਆਪ ਦੂਰ ਹੋਣਗੀਆਂ। ਇੱਕ ਕਾਲਰ ਜੁੜੇ ਨੇ ਜੀ, ਹਾਂਜੀ, ਡੇਟ ਆਫ ਬਰਥ ਟਾਈਮ ਦੱਸ ਦਿਓ ਜੀ। 8/9/1997। ਹਾਂਜੀ ਜੀ। 2:10 ਟਾਈਮ ਬੋਲੋ ਜੀ। 2:10 ਹਾਂਜੀ, ਕੁਐਸਚਨ ਵੀ ਪੁੱਛ ਲਓ। ਪੀਆਰ ਬਾਰੇ ਤੇ ਵਿਆਹ ਬਾਰੇ ਪੁੱਛਣਾ ਸੀ ਜੀ। ਹਾਂਜੀ ਹਾਂਜੀ, ਕੁਐਸਚਨ ਪੁੱਛ ਲਓ। ਪੀਆਰ ਬਾਰੇ ਤੇ ਵਿਆਹ ਬਾਰੇ ਪੁੱਛਣਾ। ਅੱਛਾ ਠੀਕ ਹੈ, ਵਿਆਹ ਦਾ ਟਾਈਮ ਅਗਲੇ ਸਾਲ ਸ਼ੁਰੂ ਹੋਵੇਗਾ ਤੇ ਪੀਆਰ ਦੇ ਲਈ। ਹਾਂਜੀ 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 ਹਾਂਜੀ, ਸੁਣੋ ਜੀ ਸੁਣੋ, ਪੀਆਰ ਦਾ ਟਾਈਮ ਮੈਂ ਦੱਸਿਆ ਕਿ ਅਗਲੇ ਸਾਲ ਤੋਂ ਸ਼ੁਰੂ ਹੋਏਗਾ, ਤੇ ਜੋ ਵਿਆਹ ਦਾ ਟਾਈਮ ਅਗਲੇ ਸਾਲ, ਤੇ ਪੀਆਰ ਦੇ ਲਈ ਜੋ ਤੁਸੀਂ ਕੇਤੂ ਸ਼ੁਭ ਕਰਨਾ ਹੈ ਤਾਂ ਕਿ ਰੁਕਾਵਟਾਂ ਦੂਰ ਹੋਣ, ਤੇ ਬੁੱਧ ਜੋ ਪੇਪਰਾਂ ਦਾ ਕਾਰਕ ਹੈ ਉਸਨੂੰ ਵੀ ਸਹੀ ਕਰਨਾ ਜ਼ਰੂਰੀ ਹੈ। ਤਾਂ ਕੀ ਕਰਨਾ ਤੁਸੀਂ ਇਸ ਦੇ ਲਈ, ਹਰੀ ਮੂੰਗੀ ਬੁੱਧਵਾਰ ਵਾਲੇ ਦਿਨ ਲੰਗਰ 'ਚ ਦਿਓ, ਅੱਧਾ ਕਿਲੋ ਕਿਲੋ ਚੀਨੀ ਵੀ ਦੇ ਸਕਦੇ ਹੋ, ਰਾਤ ਨੂੰ ਦੁੱਧ ਪੀਣਾ ਬੰਦ ਕਰ ਦਿਓ, ਹਰ ਰੋਜ਼ ਸਵੇਰੇ ਕੇਸਰ ਮੱਥੇ 'ਤੇ ਲਗਾਓ ਤੇ ਹੋਰ ਜ਼ਿਆਦਾ ਐਨਰਜੀ ਸ਼ੁਭ ਰਹੇ। ਇਸ ਦੇ ਲਈ ਤੁਸੀਂ ਘਰ ਦੀ ਛੱਤ ਸਾਫ਼ ਕਰਕੇ ਰੱਖੋ, ਉਸ 'ਤੇ ਕੋਈ ਕਬਾੜ ਨਹੀਂ ਰੱਖਣਾ, ਤੇ ਬਦਾਮ ਨਾਰੀਅਲ ਲਗਾਤਾਰ ਜਲ ਪ੍ਰਵਾਹ ਕਰਦੇ ਜਾਓ, ਹਰ ਤਰ੍ਹਾਂ ਦੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ। ਇੱਕ ਕੋਲਰ ਹੋਰ ਜੁੜੇ ਨੇ ਜੀ, ਉਹਨਾਂ ਨਾਲ ਗੱਲ ਕਰਦੇ ਹਾਂ ਜੀ। ਹਾਂਜੀ, ਜਨਮ ਤਰੀਕ ਟਾਈਮ ਦੱਸ ਦਿਓ। 30/7/85 ਮਨੀਸ਼ਾ ਸ਼ਰਮਾ, ਸਿੰਘ ਲਗਨ ਹੈ ਜੀ, ਬੁੱਧ ਲਗਨ ਵਿੱਚ ਹੈ, ਬਹੁਤ ਅੱਛਾ, ਬਹੁਤ ਹੀ ਵਧੀਆ, ਕਿਉਂਕਿ ਬੁੱਧ ਇਨਕਮ ਤੇ ਧਨ ਦਾ ਮਾਲਕ ਹੈ, ਕਿਸੇ ਵੀ ਤਰ੍ਹਾਂ ਦੀ ਕੰਮ ਕਰੇਗੀ ਔਰ ਸਫਲਤਾ ਉਸ ਵਿੱਚ ਇਸ ਨੂੰ ਮਿਲੇਗੀ, ਸ਼ਨੀ ਵੀ ਉੱਚਦਾ ਹੈ ਤਾਂ ਸਰਕਾਰੀ ਨੌਕਰੀ ਮਿਲ ਜਾਏਗੀ। ਮਿਸ਼ਰੀ ਤੇ ਚੌਲ ਲਗਾਤਾਰ ਜਲ ਪ੍ਰਵਾਹ ਕਰੋ 500 ਵਾਰ, ਅੱਧਾ ਕਿਲੋ ਮਿਸ਼ਰੀ ਅੱਧਾ ਕਿਲੋ ਚੌਲ ਜਲ ਪ੍ਰਵਾਹ ਕਰੋ, ਕਾਲਾ ਨੀਲਾ ਰੰਗ ਨਾ ਪਾਓ, ਤਾਂਬੇ ਦਾ ਪੈਸਾ ਜੇਬ 'ਚ ਰੱਖੋ ਤੇ ਬਾਂਦਰਾਂ ਨੂੰ ਹਰ ਐਤਵਾਰ ਖਾਣਾ ਪਾਓ। ਸੂਰਜ ਨੂੰ ਸ਼ੁਭ ਕਰਨਾ ਹੈ ਤਾਂ ਗਾਇਤਰੀ ਮੰਤਰ ਤੇ ਜਲਦੀ ਉੱਠਣਾ, ਸੂਰਜ ਦੇ ਦਰਸ਼ਨ ਕਰਨਾ, ਸਰਕਾਰੀ ਨੌਕਰੀ ਦਵਾ ਦੇਗਾ। ਠੀਕ ਹੈ ਜੀ, ਇੱਕ ਕਾਲਰ ਹੋਰ ਨੇ ਜੀ। ਹਾਂਜੀ, ਜਨਮ ਤਰੀਕ ਟਾਈਮ ਦੱਸ ਦਿਓ। 3/7/2005 ਜੀ, ਬੇਟੇ ਦਾ ਪੁੱਛਣਾ ਹੈ ਜੀ। 3/7/2005 ਮੈਡਮ ਜੀ, ਟਾਈਮ ਵੀ ਦੱਸ ਦਿਓ। ਇਹਦਾ ਟਾਈਮ 12:24 ਜੀ ਦੁਪਹਿਰ ਦੇ। ਸਮਾਂ ਦੱਸ ਦਿਓ ਟਾਈਮ ਦਾ।
ਦੁਪਹਿਰ ਦੇ 12:24 ਲਿਖ ਲਿਆ, ਕੁਐਸਚਨ ਵੀ ਪੁੱਛ ਲਓ। ਵਿਕਰਮਜੀਤ ਸਿੰਘ ਦਾ ਕੁਐਸਚਨ ਕੀ ਹੈ ਤੁਹਾਡਾ ਤੁਹਾਡੇ ਬੇਟੇ ਲਈ? ਹੈਲੋ ਹੈਲੋ, ਠੀਕ ਹੈ। ਹਾਂਜੀ, ਕੰਨਿਆ ਲਗਨ ਹੈ ਇਹਦਾ, ਬਹੁਤ ਅੱਛੇ ਸਟਾਰ ਨੇ, ਕਰ ਨਹੀਂ ਰਿਹਾ ਤਾਂ ਜਦੋਂ ਸਮਾਂ ਅੱਛਾ ਹੋਣਾ ਇਸਨੇ ਕਰ ਲੈਣਾ। ਇੱਕ ਤਾਂਬੇ ਦਾ ਪੈਸਾ ਜ਼ਰੂਰ ਸਫੇਦ ਧਾਗੇ ਜਿਸ ਦੇ ਗਲ ਚ ਪਾਓ। ਬ੍ਰਹਿਸਪਤ ਕੇਤੂ ਦੀ ਯੁਤੀ ਹੈ ਤੇ ਨਾਲ ਚੰਦਰ ਜੋ ਹੈ ਉੱਚ ਦਾ ਬੈਠਾ ਹੈ ਕਿਸਮਤ ਸਥਾਨ ਵਿੱਚ, ਤਾਂ ਥੋੜਾ ਪਾਣੀ ਜੋ ਹੈ ਚੰਦਰ ਦੀ ਤਰ੍ਹਾਂ ਚੱਲਦਾ ਹੈ, ਤਾਂ ਇਸ ਕਰਕੇ ਅੱਛਾ ਹੋ ਜਾਂਦਾ ਹੈ। ਤਾਂ ਸਿਰ ਢੱਕ ਕੇ ਰੱਖੋ, ਇਸ ਨੂੰ ਕਹੋ ਬੱਚੇ ਨੂੰ ਧੁੱਪ ਦੇ ਵਿੱਚ ਸਿਰ ਢੱਕ ਕੇ ਰੱਖੇ। ਤਾਂਬੇ ਦਾ ਪੈਸਾ ਗੱਲ ਚ, ਕੋਈ ਧਾਗੇ ਤਵੀਤ ਵਗੈਰਾ ਘਰ ਚ ਨਾ ਰੱਖੋ। ਗਾਂ ਨੂੰ ਲਗਾਤਾਰ ਸ਼ੁੱਕਰਵਾਰ ਰੋਟੀ ਪਾਣੀ ਸ਼ੁਰੂ ਕਰ ਦਿਓ, ਸਹੀ ਹੋ ਜਾਏਗਾ। ਤੇ ਦੁੱਧ ਮਲ ਕੇ ਬੱਚੇ ਨੂੰ ਜ਼ਰੂਰ ਨਵਾਓ ਤਾਂ ਕਿ ਉੱਚ ਦਾ ਚੰਦਰ ਸ਼ੁਭ ਫਲ ਦੇਵੇ। ਇੱਕ ਕਾਲਰ ਹੋਰ ਨੇ ਜੀ। ਹਾਂਜੀ, ਡੇਟ ਆਫ ਬਰਥ ਟਾਈਮ ਦੱਸ ਦਿਓ ਜੀ। ਹਾਂਜੀ, 20/7/1992, ਟਾਈਮ 12:45 PM। ਜੀ ਬਿਲਕੁਲ, ਦਸ਼ਾ ਜੋ ਹੈ ਇਸ ਟਾਈਮ ਤੇ ਜੋ ਲਗਨ ਦਾ ਮਿੱਤਰ ਨਹੀਂ ਹੈ ਉਸਦੀ ਦਸ਼ਾ ਚੱਲ ਰਹੀ ਹੈ, ਜਿਸ ਕਰਕੇ ਪਰੇਸ਼ਾਨੀ ਹੈ। ਤਾਂ ਕੀ ਕਰਨਾ ਹੈ ਤੁਸੀਂ? ਤਾਂਬੇ ਦਾ ਪੈਸਾ ਲਗਾਤਾਰ ਜਲ ਪ੍ਰਵਾਹ ਕਰ ਦਿਓ ਤੇ ਸਾਬਣ ਦੀ ਟਿੱਕੀ 2-3 ਬੁੱਧਵਾਰ ਧਾਰਮਿਕ ਸਥਾਨ ਤੇ ਰੱਖੋ ਜਿੱਥੇ ਹੱਥ ਧੋਂਦੇ ਆ, ਸਭ ਅੱਛਾ ਹੋਣਾ ਸ਼ੁਰੂ ਹੋ ਜਾਏਗਾ। ਕਾਲੇ ਚਿੱਟੇ ਤਿਲ ਵੀ ਜਲ ਪ੍ਰਵਾਹ ਕਰੋ 2-3 ਵਾਰ, ਰਸਤੇ ਮਿਲ ਜਾਣਗੇ ਤੇ ਕਾਲਾ ਨੀਲਾ ਰੰਗ ਬਿਲਕੁਲ ਨਾ ਪਾਓ। ਠੀਕ ਹੈ ਜੀ, ਆਪਾਂ ਲੈਂਦੇ ਹਾਂ ਅਗਲੀ ਰਾਸ਼ੀ। ਗੱਲ ਕਰਾਂਗੇ ਪਾਈਸਿਸ ਯਾਨੀ ਮੀਨ ਰਾਸ਼ੀ ਵਾਲਿਆਂ ਦੇ, ਜੋ ਇਸ ਹਫਤੇ ਦੇ ਸਿਤਾਰੇ ਨੇ, ਵਿਰੋਧੀ ਦਬੇ ਰਹਿਣਗੇ, ਕੋਈ ਪਰੇਸ਼ਾਨੀ ਨਹੀਂ ਹੈ ਕਿਉਂਕਿ ਸੂਰਜ ਜੋ ਤੁਹਾਡਾ ਹੈ ਬੁੱਧ ਦੇ ਨਾਲ ਤੇ ਸ਼ੁੱਕਰ ਨਾਲ ਜੁੱਤੀ ਬਣਾ ਕੇ 6ਵੇਂ ਸਥਾਨ ਵਿੱਚ ਬੈਠਾ ਹੈ, ਜੋ ਕਰਜ਼ੇ ਤੋਂ ਬਿਮਾਰੀ ਤੋਂ ਤੁਹਾਨੂੰ ਤਕਰੀਬਨ ਰਿਲੈਕਸ ਦੇਣ ਵਾਲਾ ਹੈ। ਕਰਜ਼ਾ ਵੀ ਉਤਰਨ ਵਾਲਾ ਸ਼ੁਰੂ ਹੋ ਜਾਏਗਾ, ਰਸਤੇ ਮਿਲਣਗੇ, ਵਿਦਿਆਰਥੀਆਂ ਦਾ ਮਨੋਬਲ ਵਧੇ, ਸੈਰ ਤੇ ਸੂਰਜ ਦੇ ਦਰਸ਼ਨ ਕਰਨੇ ਜ਼ਰੂਰੀ ਨੇ। ਸੈਰ ਨਾਲ ਬੁੱਧ ਸ਼ੁਭ ਹੋ ਜਾਂਦਾ ਹੈ ਤੇ ਸੂਰਜ ਦੇ ਦਰਸ਼ਨ ਕਰਨ ਦੇ ਨਾਲ ਮਨੋਬਲ ਵੱਧਦਾ ਹੈ। ਠੀਕ ਹੈ, ਚਾਂਦੀ ਆਪਣੇ ਕੋਲ ਰੱਖੋਗੇ ਤਾਂ ਚੰਦਰ ਵੀ ਸ਼ੁਭ ਫਲ ਦੇਗਾ, ਜੋ ਕਿ ਇਸ ਹਫਤੇ ਤਕਰੀਬਨ ਰਾਹੂ ਤੇ ਸ਼ਨੀ ਨਾਲ ਜੁਤੀ ਬਣਾ ਕੇ ਮਾਨਸਿਕ ਪਰੇਸ਼ਾਨੀਆਂ ਦੇ ਸਕਦਾ। ਸ਼ੁਭ ਰੰਗ ਗ੍ਰੇ ਰਹੇਗਾ ਤੇ ਸ਼ੁਭ ਨੰਬਰ ਰਹੇਗਾ 18। ਇਹ ਸੀ ਜੀ ਕੀ ਕਹਿੰਦੇ ਆ ਤੁਹਾਡੇ ਸਿਤਾਰੇ, ਗ੍ਰਹਿ ਗੋਚਰ ਨਕਸ਼ਤਰ ਮੁਤਾਬਕ ਆਪਾਂ ਚਰਚਾ ਕੀਤੀ, ਵਾਸਤੂ ਮੁਤਾਬਕ ਵੀ ਆਪਾਂ ਤੁਹਾਨੂੰ ਛੋਟੇ ਛੋਟੇ ਟਿਪ ਦੱਸਦੇ ਰਹਿੰਦੇ ਹਾਂ ਕਿ ਕਿੱਦਾਂ ਆਪਾਂ ਹਰ ਚੀਜ਼ ਨੂੰ ਸਹੀ ਕਰਕੇ ਗ੍ਰਹਿਾਂ ਦੇ ਨਾਲ ਹੀ ਘਰ ਦੀ ਸ਼ਾਂਤੀ ਵੀ ਸ਼ੁਭ ਕਰ ਸਕਦੇ ਹਾਂ ਤੇ ਆਪਣਾ ਮਨੋਬਲ ਵਧਾ ਸਕਦੇ ਹਾਂ। ਹਮੇਸ਼ਾ ਹੀ ਜਦੋਂ ਵੀ ਤੁਸੀਂ ਘਰ ਵਿੱਚ ਐਂਟਰ ਕਰਦੇ ਹੋ ਜਾਂ ਘਰ 'ਚ ਜਾਂਦੇ ਹੋ ਤਾਂ ਸੱਜਾ ਪੈਰ ਅੱਗੇ ਕਰਕੇ ਜਾਣ ਦੇ ਨਾਲ ਐਨਰਜੀ ਸ਼ੁਭਤਾ ਨਾਲ ਜੋ ਔਰਾ ਹੈ ਤੇ ਐਨਰਜੀ ਸ਼ੁਭ ਫਲ ਦਿੰਦੀ ਹੈ। ਤੇ ਅਗਰ ਤੁਸੀਂ ਇੱਕ ਜਗ੍ਹਾ ਤੇ ਜੁੱਤੇ ਉਤਾਰ ਦਿੰਦੇ ਹੋ ਜਾਂ ਖਿਲਾਰ ਕੇ ਨਹੀਂ ਰੱਖਦੇ ਤਾਂ ਸਮਝੋ ਜਿਸ ਤਰ੍ਹਾਂ ਦੀ ਐਨਰਜੀ ਤੁਸੀਂ ਲੈ ਕੇ ਆਏ ਹੋ ਹਮੇਸ਼ਾ ਹੀ ਤੁਹਾਡੇ ਨਾਲ ਹਰ ਜਗ੍ਹਾ ਤੇ ਤੁਹਾਨੂੰ ਨੈਗੇਟਿਵ ਪ੍ਰਭਾਵ ਪਰਿਵਾਰ ਵਿੱਚ ਦੂਜਿਆਂ ਤੇ ਵੀ ਪ੍ਰਭਾਵ ਨਹੀਂ ਪੈਣ ਦਿੰਦੀ। ਠੀਕ ਹੈ ਜੀ, ਇਹ ਸੀ ਵਾਸਤੂ ਟਿਪ, ਸਮਾਂ ਇਜਾਜ਼ਤ ਦਾ। ਆਪ ਸਭ ਦਾ ਇਹ ਆਉਣ ਵਾਲਾ ਹਫਤਾ ਬਹੁਤ ਹੀ ਸ਼ੁਭ ਜਾਵੇ। ਖੁਸ਼ ਰਹੋ, ਮੁਸਕਰਾਉਂਦੇ ਰਹੋ ਤੇ ਮੈਨੂੰ ਦਿਓ ਜੀ ਇਜਾਜ਼ਤ। ਸਤਿ ਸ਼੍ਰੀ ਅਕਾਲ।